ਮਕਸਦ ਇਹ ਹੈ ਵੀ ਅੱਜ ਆਪਣੇ ਫਰੀਦਕੋਟ SD ਸਕੂਲ ਦੇ ਵਿੱਚ ਇੱਕ ਜਿਹੜੀ ਬੀਜੇਪੀ ਵੱਲੋਂ ਮਤਲਬ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ। ਉਪਰੰਤ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਅਰਦਾਸ ਬੇਨਤੀ ਹੋਈ ਹੈ। ਅਤੇ ਉਹ ਜਦੋਂ ਅਸੀਂ ਖਬਰ ਪੜ੍ਹੀ ਜੀ ਤਾਂ ਮੇਰੇ ਨਹੀਂ ਤਾਂ ਸਿੱਖਾਂ ਦੇ ਸਾਰਿਆਂ ਦੇ ਹਿਰਦੇ ਬਲੁੰਦਰੇ ਗਏ, ਕਿਉਂਕਿ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਿਰ ਜਾਣ ਤੋਂ ਵੀ ਡਰਦੇ। ਅਤੇ ਇਹ ਜਿਹੜੇ BJP ਦੇ ਲੀਡਰ ਨੇ ਹੰਸਰਾਜ ਜਿਹੜਾ ਵੋਟਾਂ ਮੰਗਣ ਲਈ ਆ ਰਿਹਾ, ਅਤੇ ਪਹਿਲਾਂ ਵੀ ਕਾਫੀ ਕਿਸਾਨਾਂ ਨੇ ਵਿਰੋਧ ਕੀਤਾ ਕਿਉਂਕਿ ਪੰਜਾਬ ਨਾਲ ਮੋਦੀ ਨੇ ਧੱਕਾ ਕੀਤਾ। ਅਤੇ ਅੱਜ ਜਿਹੜਾ ਫਰੀਦਕੋਟ 'ਚ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ, ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ, ਅਤੇ ਉਹਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ, ਅਤੇ ਫਲੈਕਸ ਦੇ ਵਿੱਚ ਮੋਦੀ ਜਿਹੜਾ ਨੰਗੇ ਸਿਰ ਬੈਠਾ ਹੋਇਆ ਜੀ, ਉੱਥੇ ਉਹਦੀ ਫੋਟੋ ਲੱਗੀ ਹੈ। ਅਤੇ ਜਿਹੜੇ BJP ਦੇ ਕੁਝ ਇੱਥੋਂ ਦੇ ਲੀਡਰ ਕਹਿ ਸਕਦਾ ਜਾਂ ਅਹੁਦੇਦਾਰ ਨੁਮਾਇੰਦੇ, ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੰਗੇ ਸਿਰ ਲੱਗੀਆਂ ਹੋਈਆਂ। ਅਤੇ ਇੱਥੋਂ ਤੱਕ ਵੇਖਣ ਨੂੰ ਮਿਲਿਆ ਵੀ ਜਿੱਥੇ ਮਹਾਰਾਜ ਜੀ ਦੇ ਪ੍ਰਕਾਸ਼ ਆ ਉਹਦੇ ਸਾਹਮਣੇ ਕੁਰਸੀਆਂ ਡਾਹੀਆਂ ਗਈਆਂ, ਪੈਰਾਂ 'ਚ ਉਹਨਾਂ ਨੇ ਜੁੱਤੀਆਂ ਜੋੜੇ ਪਾਏ ਹੋਏ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਇਹਨਾਂ ਨੇ ਓਟ ਆਸਰਾ ਤਾਂ ਕੀ ਲੈਣਾ, ਅਤੇ ਇਹਨਾਂ ਨੇ ਮਹਾਰਾਜ ਜੀ ਦੇ ਨਾਮ 'ਤੇ ਅਤੇ ਅਰਦਾਸ ਬੇਨਤੀ ਬਾਬਾ ਜੀ ਹੁਣਾਂ ਤੋਂ ਕਰਾਈ ਹੈ ਵੀ ਹੰਸਰਾਜ ਵੱਡੀ ਜਿੱਤ ਪ੍ਰਾਪਤ ਕਰਨ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ ਵੀ ਜਿਵੇਂ ਮੋਦੀ ਨੇ ਪੰਜਾਬ ਨਾਲ ਧੱਕਾ ਕੀਤਾ ਹੈ, ਹੰਸਰਾਜ ਦੀ ਬਿਲਕੁਲ ਨਹੀਂ ਜਿੱਤ ਹੋ ਸਕਦੀ। ਵੀ ਜਦੋਂ ਇਹ ਅਰਦਾਸਾਂ ਜਿਹੜੀਆਂ ਹੁੰਦੀਆਂ ਇਹ ਸਿੱਖ ਸੰਗਤ ਦੇ ਸਰਬੱਤ ਦੇ ਭਲੇ ਲਈ ਹੁੰਦੀਆਂ, ਨਾ ਕਿ ਵੀ ਜਿਹੜੇ ਲੀਡਰਾਂ ਨੇ ਕੋਈ ਪੰਜਾਬ ਨਾਲ ਕਿਸੇ ਵੀ ਧਰਮ ਨਾਲ ਜਾਂ ਕਿਸੇ ਵੀ ਸਟੇਟ ਨਾਲ ਧੱਕਾ ਕੀਤਾ ਹੋਵੇ ਅਤੇ ਉਦੋਂ ਬਾਅਦ ਦੇ ਵਿੱਚ ਜੇ ਤੁਹਾਡੀ ਕੋਈ ਸੁਣਦਾ ਨਹੀਂ, ਤੁਹਾਡਾ ਵਿਰੋਧ ਕਰਦੇ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਲੈ ਕੇ ਆਸਰਾ ਲੈ ਕੇ ਅਰਦਾਸਾਂ ਬੇਨਤੀਆਂ ਕਰਾ ਰਹੇ ਹੋ। ਸੋ ਉਹਦੇ ਨਿਮਿੱਤ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਹਨਾਂ ਨੇ ਪ੍ਰਕਾਸ਼ ਕਰਕੇ ਪਾਠ ਕਰਾਇਆ ਉਹ ਚੰਗੀ ਗੱਲ ਆ, ਪਾਠ ਕਰਾਓ ਸਾਨੂੰ ਕੋਈ ਇਤਰਾਜ਼ ਨਹੀਂ, ਕੀਰਤਨ ਕਰਾਓ ਇਤਰਾਜ਼ ਨਹੀਂ, ਪਰ ਉਹਦੇ ਪਿੱਛੇ ਜਿਹੜੀਆਂ ਫਲੈਕਸਾਂ ਲਾਈਆਂ ਜੀ ਨੰਗੇ ਸਿਰ ਉੱਥੇ ਫੋਟੋਆਂ ਇਹਨਾਂ ਲੋਕਾਂ ਦੀਆਂ ਲੱਗੀਆਂ ਹੋਈਆਂ, ਅਤੇ ਇਹ ਜਿਹੜੀ ਬਹੁਤ ਵੱਡੀ ਬੇਅਦਬੀ ਹੈ ਅਤੇ ਉਹਦੇ ਲਈ ਅਸੀਂ ਅੱਜ ਇੱਥੇ ਇਕੱਤਰ ਤੋਂ ਹੋਏ। ਅੱਜ ਦੀ ਗੱਲ ਇਹ ਹੈਗੀ ਆ, ਕੱਲ੍ਹ ਜਿਹੜੇ ਹੈਗੇ ਆ ਭਾਜਪਾ ਦੇ ਆਗੂ ਉਹਨਾਂ ਵੱਲੋਂ ਸਿੱਖ ਧਰਮ ਨੂੰ ਛੋਟਾ ਭਰਾ ਕਿਹਾ ਗਿਆ ਸੀ, ਛੋਟਾ ਧਰਮ ਕਿਹਾ ਗਿਆ ਸੀ, ਉਸ ਤੋਂ ਬਾਅਦ ਭਾਵੇਂ ਉਹਨਾਂ ਨੇ ਮਾਫ਼ੀ ਮੰਗ ਲਈ ਆ, ਅਤੇ ਹੁਣ ਇੱਥੇ ਭਾਜਪਾ ਦੇ ਆਗੂਆਂ ਵੱਲੋਂ ਕਿੱਦਾਂ ਬੇਅਦਬੀ ਕੀਤੀ ਗਈ ਹੈਗੀ, ਜਿਸ ਤਰ੍ਹਾਂ ਨੰਗੇ ਸਿਰ ਘੁੰਮੇ ਨੇ, ਤਾਂ ਇਸ ਚੀਜ਼ ਨੂੰ ਕਿਵੇਂ ਵੇਖ? ਨਹੀਂ ਵੇਖੋ ਜੀ, ਜਿਹੜੀ BJP ਹੈ ਇਹ RSS ਹੈ, ਸਿੱਖਾਂ ਦਾ ਰਾਸ਼ਟਰੀ ਸਿੱਖ ਸੰਗਤ ਹੈ ਇਹਨਾਂ ਦੀ, ਇਹ ਸਿੱਖਾਂ ਦੇ ਖਿਲਾਫ਼ ਸ਼ੁਰੂ ਤੋਂ ਰਹੇ ਨੇ, ਅਤੇ ਹੁਣ ਵੀ ਪੰਜਾਬ ਜਿਹੜੀ ਸਿੱਖਾਂ ਦੀ ਧਰਤੀ ਜ਼ਿਆਦੇ ਆ, ਇੱਥੇ ਪੰਜਾਬ ਨਾਲ ਇਹਨਾਂ ਨੇ ਬੇਹੱਦ ਧੱਕਾ ਕੀਤਾ ਬਹੁਤ ਜ਼ਿਆਦਾ ਕਿਸਾਨਾਂ ਨਾਲ। ਕੀ ਗੱਲ ਮੋਦੀ ਨੂੰ ਜਾਂ ਹੰਸਰਾਜ ਫਰੀਦਕੋਟ ਤੋਂ ਜਿਹੜਾ ਖੜਾ ਹੈ, ਅਤੇ ਇਹਨਾਂ ਨੂੰ ਉਦੋਂ ਨਹੀਂ ਦਿਸਿਆ ਵੀ ਜਦੋਂ ਦਿੱਲੀ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਏ, ਸ਼ੰਭੂ ਬਾਰਡਰ 'ਤੇ ਆ ਕੁਝ ਮਹੀਨੇ ਪਹਿਲਾਂ ਉੱਥੇ ਇੱਕ ਬੇਟੇ ਦੀ ਜਿਹੜੀ ਸ਼ਹਾਦਤ ਹੁੰਦੀ ਹੈ, ਅਤੇ ਹਜੇ ਵੀ ਕਿਸਾਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਕਿਸਾਨ ਅੱਜ ਸੜਕਾਂ 'ਤੇ ਰੁਲ ਰਹੇ ਹੈ। ਪੰਜਾਬ ਕਿਸਾਨਾਂ ਦੀ ਜਿਹੜਾ ਪੰਜਾਬ ਹੈ ਇਹ ਕਿਸਾਨਾਂ ਦੀ ਵੱਡੀ ਧਰਤੀ ਹੈ, ਇੱਥੇ ਕਿਸਾਨ ਅੰਨ ਉਗਾਉਂਦੇ ਨੇ, ਇੱਥੋਂ ਬਾਹਰਲੀਆਂ ਸਟੇਟਾਂ ਵਿੱਚ ਇੰਡੀਆ ਦੇ ਦੂਰ ਤੱਕ ਸਟੇਟਾਂ ਤੱਕ ਜਿਹੜਾ ਭੋਜਨ ਜਾਂਦਾ, ਅਤੇ ਅੱਜ ਜਿਹੜਾ ਕਿਸਾਨਾਂ ਨਾਲ ਧੱਕਾ ਕਰ ਰਹੇ ਹੈ ਅਤੇ ਸਿੱਖਾਂ ਨਾਲ ਧੱਕਾ ਕਰ ਰਹੇ, ਕਿਉਂਕਿ ਪੰਜਾਬ ਦੀ ਧਰਤੀ 'ਤੇ ਸਿੱਖ ਹੀ ਵੱਸਦੇ ਨੇ, ਅਤੇ ਇਹ ਜਿਹੜੀ ਬਹੁਤ ਘਰਾਉਣੀ ਹਰਕਤ ਹੈ ਜਿਹੜਾ ਸਿੱਖਾਂ ਦੀ ਜਿਹੜੇ ਇਹਨਾਂ ਨੇ ਲਫ਼ਜ਼ ਵਰਤੇ ਹੈ, ਅਤੇ ਮਾਫ਼ੀ ਮੰਗ ਲੈਣੀ ਪਹਿਲਾਂ ਸ਼ਬਦ ਕਹਿ ਕੇ, ਅਤੇ ਉਹ ਕੋਈ ਮਾਫ਼ੀ ਦੇ ਹੱਕਦਾਰ ਨਹੀਂ ਵੈਸੇ, ਪਰ ਅੱਜ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ
ਪਿੱਛੇ ਫੋਟੋਆਂ ਲਾਈਆਂ ਇਹਨਾਂ ਨੇ, ਆਪਦੀ ਮਸ਼ਹੂਰੀ ਕੀਤੀ ਹੈ ਤੇ ਇਹ ਕਿਸਾਨਾਂ ਨਾਲ ਧੱਕਾ ਹੋਇਆ ਤੇ ਅਸੀਂ ਵਿਰੋਧ ਨਹੀਂ ਕਰਦੇ ਕਿਉਂਕਿ ਅਸੀਂ ਕਿਸੇ ਵੀ ਰਾਜਸੀ ਪਾਰਟੀ 'ਚ ਨਹੀਂ ਆਉਂਦੇ। ਅਸੀਂ ਵਿਰੋਧ ਨਹੀਂ ਕਰਦੇ ਪਰ ਸਾਡੇ ਹਿਰਦੇ ਜ਼ਰੂਰ ਬਲੁੰਦਰੇ ਗਏ ਆ ਕਿਉਂਕਿ ਪੰਜਾਬ ਨਾਲ ਜਦੋਂ ਤੋਂ ਇਹਨਾਂ ਨੇ ਧੱਕਾ ਕੀਤਾ। ਬਾਬਾ ਜੀ ਜਿਵੇਂ ਚੱਲ ਉਹਨਾਂ ਨੇ ਬੇਅਦਬੀ ਕੀਤੀ ਇੱਕ ਹਿਸਾਬ ਨਾਲ, ਐਕਸ਼ਨ ਵੀ ਲਾਓਗੇ ਤੁਸੀਂ ਕੋਈ? ਨਹੀਂ ਐਕਸ਼ਨ ਤਾਂ ਵੇਖੋ ਇਹ ਤਾਂ ਸਰਕਾਰ ਆ, ਹੁਣ ਪ੍ਰਸ਼ਾਸਨ ਐਕਸ਼ਨ ਲਵੇ ਜੀ। ਅਸੀਂ ਕਿੱਥੇ ਕਿੱਥੇ ਲੜਾਂਗੇ ਦੱਸੋ? ਇਹਨਾਂ ਲੋਕਾਂ ਨੂੰ ਇਹ ਨਹੀਂ ਆਉਂਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੋਟ ਆਸਰਾ ਲੈ ਰਹੇ ਹਾਂ ਤੇ ਯਾਰ ਪਿੱਛੇ ਏਡੀਆਂ ਏਡੀਆਂ ਜਿਹੜੀਆਂ ਨੰਗੇ ਸਿਰ ਤੁਸੀਂ ਫੋਟੋਆਂ ਲਵਾ ਰਹੇ ਹੋ, ਪੈਰਾਂ 'ਚ ਤੁਹਾਡੇ ਜੁੱਤੇ ਪਾਏ ਹੋਏ ਆ, ਤੇ ਗ੍ਰੰਥੀ ਸਿੰਘ ਜਿਹੜੇ ਬਾਬਾ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਭਾਈ ਸਾਹਿਬ ਜੀ ਤੁਸੀਂ ਕਿਸਾਨਾਂ ਦਾ ਦਿੱਤਾ ਖਾਂਦੇ ਹੋ, ਇਹ ਜਿਹੜੇ ਲੋਕ ਫਸਲਾਂ ਉਗਾਉਂਦੇ ਆ ਉਹ ਅੰਨ ਸਾਡੇ ਪੇਟ ਵਿੱਚ ਜਾਂਦਾ ਤੇ ਜੇ ਕਿਸਾਨਾਂ ਨਾਲ ਇਹ ਧੱਕਾ ਕਰ ਰਹੇ ਆ ਤੇ ਤੁਸੀਂ ਇਹਨਾਂ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਹੋ। ਤੇ ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿੰਦਾ ਵੀ ਹੰਸਰਾਜ ਜਾਂ ਬੀਜੇਪੀ ਦਾ ਕੋਈ ਵੀ ਬੰਦਾ ਹੋਵੇ ਉਹ ਇੱਥੋਂ ਚੋਣ ਨਹੀਂ ਜਿੱਤ ਸਕੇਗਾ।